ਅਸੀਂ ਸਾਰੇ ਬਾਬਾ ਬਹਾਦਰ ਕਲੋਨੀ ਸੁਲਤਾਨਪੁਰ ਲੋਧੀ ਵਿੱਚ ਰਹਿੰਦੇ ਹਾਂ। ਇਹ ਹੈਗਾ ਰੋਡ ਹੈਗਾ ਸਤਾਬਗੜ੍ਹ ਅਤੇ ਬਾਬਾ ਬਹਾਦਰ ਕਲੋਨੀ ਬਿੱਟੂ ਧੀਰ ਦੇ ਸੈਲਰ ਦੇ ਸਾਹਮਣੇ। ਸਾਡੀ ਸਾਰੀ ਜਨਤਾ ਇੱਧਰ ਗਰੀਬ ਆ। ਸਾਨੂੰ ਹਫ਼ਤਾ ਹੋ ਗਿਆ ਇੱਥੇ ਘਰ ਵੜਿਆਂ ਨੂੰ, ਸਾਰਿਆਂ ਨੂੰ ਨਿੱਕੇ ਨਿੱਕੇ ਨਿਆਣੇ ਆ। ਅੱਜ 4 ਦਿਨ ਹੋ ਗਏ ਆ ਭੁੱਖੇ ਬੈਠੇ, ਜਿਹੜਾ ਰਾਸ਼ਨ ਸੀ ਖਾ ਲਿਆ, 4 ਦਿਨ ਹੋ ਗਏ ਭੁੱਖੇ ਬੈਠੇ ਆ। ਨਾ ਇੱਧਰ ਕੋਈ ਦੁੱਧ ਵਾਲਾ, ਨਾ ਕੋਈ ਇੱਧਰ ਸਬਜ਼ੀ ਵਾਲਾ, ਨਾ ਕੋਈ ਇੱਧਰ ਕੋਈ ਆਟੇ ਵਾਲਾ, ਕੋਈ ਨਹੀਂ ਇੱਥੇ ਪਹੁੰਚ ਰਿਹਾ ਹੈਗਾ। ਤੇ ਨਾ ਸਾਨੂੰ ਪੁਲਿਸ ਲੰਘਣ ਦਿੰਦੀ ਹੈਗੀ ਆ। ਸ਼ਹਿਰ ਜਾਈਏ ਤੇ ਸਾਡੇ ਬੰਦਿਆਂ ਦੇ ਆਵੇ 3-4 ਜਾਣਿਆਂ ਦੇ ਉਹਨਾਂ ਨੇ ਸੋਟੇ ਮਾਰ ਮਾਰ ਕੇ ਤੇ ਉੱਥੇ ਭਜਾਇਆ ਵਾ। ਤੇ ਨਿਆਣੇ ਸਾਡੇ ਕੋਲ ਮੰਗਦੇ ਚੀਜ਼ ਖਾਣ ਨੂੰ, ਰੋਟੀ ਮੰਗਦੇ ਆ, ਤੇ ਹੁਣ ਅਸੀਂ ਕਿੱਥੋਂ ਦਈਏ? ਸਾਡੀ ਇੱਧਰ ਆਣ ਕੇ ਗਰੀਬਾਂ ਦੀ ਮਦਦ ਕੀਤੀ ਜਾਵੇ। ਅਸੀਂ ਬਹਿਬਲ ਬਹਾਦਰ ਕਲੋਨੀ ਤੇ ਸਤਾਬਗੜ੍ਹ ਰੋਡ ਬਿੱਟੂ ਧੀਰ ਦੇ ਸੈਲਰ ਦੇ ਸਾਹਮਣੇ ਸਾਰੇ ਰਹਿ ਰਹੇ ਆ। ਆਹ ਦੇਖ ਲਓ ਨਿੱਕੇ ਨਿੱਕੇ ਬੱਚੇ ਆ, ਮਾਤਾ ਬਜ਼ੁਰਗ ਵਾ, ਤੇ ਇਹ ਕਿੱਥੋਂ ਖਾਣ? ਇਹ ਵਿਚਾਰੇ ਕਿਹੜੇ ਕਮਾਈ ਕਰਦੇ ਆ? ਹੈ ਨਿੱਕੇ ਨਿੱਕੇ ਨਿਆਣੇ ਆ, ਆ ਬਜ਼ੁਰਗ ਕਿੱਥੇ ਜਾਣ ਵਿਚਾਰੇ? ਤੇ ਭੁੱਖੇ ਬੈਠੇ ਸਾਰੇ ਜਾਣੇ। ਸਾਨੂੰ ਸਾਡਾ ਨਾ ਕੋਈ ਇੱਥੇ ਕੋਈ ਸਰਪੰਚ ਸੁਣਦਾ, ਤੇ ਨਾ ਕੋਈ ਸੁਲਤਾਨਪੁਰ ਕੋਈ ਕੋਈ ਵੀ ਸੁਣਦਾ ਹੈਗਾ ਵਾ, ਤੇ ਨਾ ਕੋਈ MLA ਸੁਣਦਾ ਵਾ। ਸਾਡੀ ਗਰੀਬਾਂ ਦੀ ਸੁਣੀ ਜਾਵੇ, ਕਿਰਪਾ ਕਰਕੇ ਸਾਨੂੰ ਇੱਧਰ ਰਾਸ਼ਨ ਪਹੁੰਚਾਇਆ ਜਾਵੇ। ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ।